ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ ਸੱਭਿਆਚਾਰਕ ਪ੍ਰੋਗਰਾਮ ਖਾਸ ਮੁਲਾਕਾਤ ਵਿੱਚ ਸੋਸ਼ਲ ਇਸ਼ੂ ਪੋਲੀਟੀਕਲ ਇਸ਼ੂ ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ ਯੂਟਿਊਬ ਚੈਨਲ ਸਾਂਝ ਟੀਵੀ। ਹੁਸ਼ਿਆਰਪੁਰ ਦੇ ਪਿੰਡ ਦੌਲੋਵਾਲ ਵਿਖੇ ਸੈਂਚਰੀ ਪਲਾਈਵੁੱਡ ਫੈਕਟਰੀ ਦੇ ਮੁੱਖ ਗੇਟ ਸਾਹਮਣੇ ਮਜ਼ਦੂਰਾਂ ਵੱਲੋਂ ਵੀਰਵਾਰ ਤੋਂ ਸ਼ੁਰੂ ਕੀਤਾ ਗਿਆ ਧਰਨਾ ਸ਼ੁੱਕਰਵਾਰ ਦੁਪਹਿਰ ਤੱਕ ਜਾਰੀ ਰਿਹਾ। ਇਸ ਮੌਕੇ ਮਜ਼ਦੂਰਾਂ ਨੇ ਦੋਸ਼ ਲਗਾਇਆ ਕਿ ਕੰਪਨੀ ਦੇ ਪ੍ਰਬੰਧਕ ਉਹਨਾਂ ਦਾ ਸ਼ੋਸ਼ਣ ਕਰ ਰਹੇ ਹਨ। ਜਿੱਥੇ ਉਹਨਾਂ ਨੂੰ ਮਜ਼ਦੂਰੀ ਦੇ ਘੱਟ ਪੈਸੇ ਦਿੱਤੇ ਜਾ ਰਹੇ ਹਨ, ਉੱਥੇ ਹੀ ਮਹੀਨੇ ਦੌਰਾਨ ਕੋਈ ਵੀ ਛੁੱਟੀ ਨਹੀਂ ਦਿੱਤੀ ਜਾਂਦੀ। ਮਜ਼ਦੂਰਾਂ ਦੀ ਅਗਵਾਈ ਕਰ ਰਹੇ ਅਕਸ਼ੇ ਹੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਕੰਪਨੀ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਕੰਪਨੀ ਅੰਦਰ ਹੀ ਚਲਾਈ ਜਾ ਰਹੀ ਕੰਟੀਨ ਵਿੱਚ ਬੈਠਣ ਦੀ ਆਗਿਆ ਨਹੀਂ ਹੈ, ਜਿਸ ਕਾਰਨ ਮਜ਼ਦੂਰ ਚਾਹ ਪਾਣੀ ਖਰੀਦ ਕੇ ਪਾਰਕ ਵਿੱਚ ਬੈਠ ਕੇ ਪੀਣ ਨੂੰ ਮਜਬੂਰ ਹਨ। ਉਹਨਾਂ ਦੱਸਿਆ ਕਿ ਨਾ ਤਾਂ ਕੋਈ ਮੈਡੀਕਲ ਦੀ ਸਹੂਲਤ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਕੰਮ ਕਰਨ ਸਮੇਂ ਪਹਿਨਣ ਵਾਲੇ ਬੂਟ ਅਤੇ ਵਰਦੀ। ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਸੈਂਚਰੀ ਪਲਾਈਵੁੱਡ ਨੂੰ? ਕੀ ਗੱਲ ਹੋਈ ਤੁਸੀਂ ਕੱਲ੍ਹ ਦੇ ਇੱਥੇ ਬਾਹਰ ਬੈਠੇ ਹਾਂ? ਸਾਡੇ ਸਰ ਕੁਛ ਮੰਗਾਂ ਸੀਗੀਆਂ ਜਿਹਨਾਂ ਨੂੰ ਲੈ ਕੇ ਸਾਡੇ ਨਾਲ ਬਹੁਤ ਬੇਇਨਸਾਫੀ ਹੋ ਰਹੀ ਸੀ। ਇਕੱਤੀ ਦਿਨ ਕੰਮ ਕਰਾ ਕੇ ਸਾਨੂੰ ਕੋਈ ਵੀ ਛੁੱਟੀ, ਬੇਸਿਕਲੀ ਜੋ ਸਾਡੀ ਵੀਕਲੀ ਛੁੱਟੀ ਬੰਦੀ ਨਹੀਂ ਦਿੱਤੀ ਜਾ ਰਹੀ ਸੀ। ਓਵਰ ਟਾਈਮ ਲਵਾਇਆ ਜਾਂਦਾ ਸੀਗਾ ਪਰ ਸਾਨੂੰ ਉਹਦਾ ਪੀ ਐਫ ਨਹੀਂ ਮਿਲਦਾ ਸੀ, ਨਾ ਡਬਲ ਮਿਲਦਾ ਸੀ। ਅਗਰ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਸੀ ਕੰਮ 'ਤੇ ਉਹਦਾ ਕੋਈ ਇਲਾਜ ਨਹੀਂ ਕਰਵਾਇਆ ਜਾਂਦਾ ਸੀ, ਕੋਲੋਂ ਪੈਸੇ ਖਰਚਣੇ ਪੈਂਦੇ ਸੀਗੇ। ਇਸ ਦਾ ਗਵਾਹ ਮੌਕੇ 'ਤੇ ਹੈ, ਇਹਦੇ ਸੱਟ ਲੱਗੀ, ਲੱਖ ਟੁੱਟੀ, ਆਪਣੇ ਕੋਲੋਂ ਇਲਾਜ ਕਰਾਇਆ, ਕੰਪਨੀ ਨੇ ਅੱਜ ਤੱਕ ਵੀ ਸਾਰ ਨਹੀਂ ਲਈ। 6 ਮਹੀਨੇ ਆਰਾਮ ਕਿਆ ਉਹ ਵੀ? ਕੀ ਨਾਮ ਆਪਣਾ? ਮੇਰਾ ਰਾਜੀ ਮਹਿਤਾ ਹੈ ਸਰ। ਕੀ ਹੋਇਆ ਸੀਗਾ? ਮੈਂ ਕੰਮ ਕੇ 1 ਸਾਲ ਹੋ ਗਿਆ ਤਾਂ ਇਹ ਕੰਮ ਕਰਦੇ। ਹਾਂ, ਮੇਰਾ ਟ੍ਰੇਨ ਮੈਂ ਗਿਰ ਗਿਆ, ਟ੍ਰੇਨ ਮੈਂ ਠੱਕਰ ਨਹੀਂ ਦਾ, ਉਸ ਅੰਦਰ ਜੁੱਤਾ ਹੈਲਮੇਟ ਕੁਛ ਨਹੀਂ ਦਾ, ਉਸ ਮੈਂ ਗਿਰ ਗਿਆ, ਮੇਰਾ ਚੂੜਾ ਟੁੱਟ ਗਿਆ ਤਾਂ ਲੈਫਟ ਸਾਈਡ ਦਾ, ਉਸ ਮੈਂ ਮੇਰਾ 2 ਲੱਖ ਖਰਚਾ ਗਿਆ। ਇਹ ਲੋਕ ਕਰਾ ਦੇਂਗੇ, ਬੋਲਾ ਇਲਾਜ ਕਰਾਇਆ ਨਹੀਂ। ਉਸ ਕੇ ਬਾਅਦ ਮੈਂ ਉਧਾਰ ਲੈ ਕੇ ਕਰਜ਼ਾ ਲੈ ਕੇ ਮੈਂ ਆਪਰੇਸ਼ਨ ਕਰਾਇਆ। ਹੁਣ ਕੰਪਨੀ ਕੀ ਕਹਿੰਦੀ ਹੈ? ਇਹ ਕਹਿੰਦੇ ਆਪਣੇ ਰਿਕਸ ਨਾਲ ਕੰਮ ਕਰੋ, ਕੰਮ ਲੱਗ, ਮੈਂ 6 ਮਹੀਨੇ ਆਰਾਮ ਕਰਕੇ ਆਇਆ ਤਾਂ ਕਹਿੰਦਾ ਆਪਣਾ ਰਿਕਸ ਨਾਲ ਕੰਮ ਕਰੋ, ਆਪਣਾ ਲਿਖਿਤ ਦਿਓ ਤਬ ਕੰਮ ਮੇ ਲੱਗ। ਮੈਂ ਆਪਣਾ ਲਿਖਿਤ ਦਿਆ ਕੰਪਨੀ ਨਾਲ ਗੱਲ ਕਰਨ ਤੋਂ ਬਾਅਦ ਆਪਣੇ ਪੁਰਸ਼ੋਤਮ ਰਾਜ ਇਹੀ ਭਾਜੀ ਉਹਨਾਂ ਨੇ ਗੱਲ ਕੀਤੀ ਆ ਤਾਂ ਉਹਨਾਂ ਨੇ ਵਿਸ਼ਵਾਸ ਦਵਾਇਆ ਕੋਈ ਗੱਲ ਨਹੀਂ, ਤੁਸੀਂ ਮੈਡੀਕਲ ਰਿਪੋਰਟ ਦਿਓ, ਅਸੀਂ ਸਾਰੀ ਗੱਲਬਾਤ ਕਰਕੇ ਮੈਨੇਜਮੈਂਟ ਦੇ ਨਾਲ ਅਸੀਂ ਜੋ ਵੀ ਖਰਚਾ ਬਣਦਾ ਅਸੀਂ ਉਹ ਦੇਣ ਲਈ ਤਿਆਰ ਹਾਂ। ਧਰਨੇ ਦੌਰਾਨ ਬਸਪਾ ਦੇ ਦੁਆਬਾ ਜ਼ੋਨ ਦੇ ਚੇਅਰਮੈਨ ਠੇਕੇਦਾਰ ਭਗਵਾਨ ਦਾਸ ਅਤੇ ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਲਾਲ ਅਹੀਰ ਮੌਕੇ 'ਤੇ ਪੁੱਜੇ ਅਤੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਸੁਣੀਆਂ। ਵਾਲ ਵਿਖੇ ਜਿਹੜੇ ਵਰਕਰ ਨੌਜਵਾਨ ਸਾਡੇ ਇੱਥੇ ਲੇਬਰ ਕਰਦੇ ਸੀਗੇ ਉਹਨਾਂ ਦੇ ਨਾਲ ਪ੍ਰਸ਼ਾਸਨ ਵੱਲੋਂ ਅੰਦਰ ਜਿਹੜਾ ਫੈਕਟਰੀ ਦਾ ਪ੍ਰਸ਼ਾਸਨ ਹੈ ਉਹਦੇ ਵੱਲੋਂ ਧੱਕਾ ਕੀਤਾ ਜਾਂਦਾ ਸੀਗਾ। ਉਹ ਜਿੱਦਾਂ ਉਹਨਾਂ ਦੀਆਂ ਮਤਲਬ ਦਿਹਾੜੀਆਂ ਜਿਹੜੀਆਂ ਅੰਦਰ ਲੱਗਦੀਆਂ ਸੀਗੀਆਂ, ਦਿਹਾੜੀ ਵੀ ਉਹਨਾਂ ਦੀ ਘੱਟ ਸੀਗੀ ਅਤੇ ਕੋਈ ਵੀ ਉਹਨਾਂ ਨੂੰ ਫੈਸਟੀਵਲ ਦੀ, ਨੈਸ਼ਨਲ ਡੇਜ਼ ਦੀ ਕੋਈ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਛੁੱਟੀ ਨਹੀਂ ਸੀ ਦਿੱਤੀ ਜਾਂਦੀ ਅਤੇ ਉਹਨਾਂ ਨੂੰ ਮੈਂਟਲੀ ਵੀ ਟੋਰਚਰ ਕੀਤਾ ਜਾਂਦਾ ਸੀ, ਉਹਨਾਂ ਨੂੰ ਜਲੀਲ ਕੀਤਾ ਜਾਂਦਾ ਸੀ, ਉਹਨਾਂ ਦੀ ਸੇਫਟੀ ਕਿੱਟ ਜਿਹੜੀ ਹੈ ਉਹਦੀ ਵੀ ਜਿਹੜੀ ਪੇਮੈਂਟ ਉਹਨਾਂ ਦੇ ਕੋਲੋਂ ਲਈ ਜਾਂਦੀ ਸੀ, ਨਾ ਉਹਨਾਂ ਦੇ ਕਾਰਡ ਦੇ ਕੋਈ ਸੈਂਚਰੀ ਪਲਾਈਵੁੱਡ ਦਾ ਕੋਈ ਵੀ ਲੋਗੋ ਸੀ, ਨਾ ਕੁਛ ਉੱਥੇ ਮੈਂਸ਼ਨ ਕੀਤਾ ਜਾਂਦਾ ਸੀ ਵੀ ਬੰਦੇ ਇਸ ਫੈਕਟਰੀ ਦੇ ਇੰਪਲਾਈ ਹੈਗੇ ਆ। ਉਹ ਸਾਰੀਆਂ ਜਿਹੜੀਆਂ ਵਰਕਰਾਂ ਦੀਆਂ ਜਿਹੜੀਆਂ ਪ੍ਰੋਬਲਮਸ ਸੀਗੀਆਂ, ਕਦੀ ਜਦੋਂ ਕੰਮ 'ਤੇ ਬੁਲਾਏ ਆ 12 ਜਣੇ ਆ ਗਏ ਆ, ਜੇ ਅੰਦਰ 10 ਜਣਿਆਂ ਦੀ ਲੋੜ ਹੈ ਜਾਂ 8 ਜਣਿਆਂ ਦੀ ਲੋੜ ਹੈ, ਬਾਕੀ ਔਨ ਦਾ ਸਪੋਟ ਉਹਨਾਂ ਨੂੰ ਕਹਿ ਤਾ ਜਾਂਦਾ ਸੀ ਵਾਪਸ ਮੁੜ ਜਾਓ। ਜਦੋਂ ਮਸਲਾ ਸਾਡੇ ਧਿਆਨ ਵਿੱਚ ਆਇਆ, ਬਹੁਜਨ ਸਮਾਜ ਪਾਰਟੀ ਦੇ ਧਿਆਨ ਦੇ ਵਿੱਚ ਆਇਆ, ਠੇਕੇਦਾਰ ਭਗਵਾਨ ਦਾਸ ਸਿੱਧੂ ਜੀ, ਜਗਮੋਹਨ ਸੱਜਣਾ ਜੀ, ਵਿਕਾਸ ਹੰਸਦੀ, ਮਨੋਜ ਰਸੂਲਪੁਰ ਜੀ, ਜਦੋਂ ਮਸਲਾ ਧਿਆਨ ਦੇ ਵਿੱਚ ਆਇਆ ਸੀ ਸਾਰੀ ਟੀਮ ਜਿਹੜੀ ਬਹੁਜਨ ਸਮਾਜ ਪਾਰਟੀ ਦੀ ਇਹਨਾਂ ਸਾਥੀਆਂ ਦੇ ਕੋਲ ਪਹੁੰਚੀ ਹੈ, ਇਹਨਾਂ 'ਚੋਂ ਆਕਾਸ਼ ਅਹੀਰ ਮੁੰਡਾ ਲੀਡ ਕਰਦਾ, ਉਹਨੇ ਸਾਡੇ ਨਾਲ ਰਾਬਤਾ ਕਾਇਮ ਕੀਤਾ, ਅਸੀਂ ਆ ਕੇ ਜਦੋਂ ਇਹਨਾਂ ਦੀਆਂ ਗੱਲਾਂ ਬਾਤਾਂ ਸਾਰੀਆਂ ਸੁਣੀਆਂ, ਉਹ ਫਿਰ ਐਜ਼ ਪਰ ਪੋਲਿਸੀ, ਐਜ਼ ਪਰ ਰੂਲ ਭਗਵਾਨ ਦਾਸ ਠੇਕੇਦਾਰ ਜੀ ਨੇ ਆਪਣੇ ਹਿਸਾਬ ਨਾਲ ਅੰਦਰ ਸਾਰੀ ਗੱਲਬਾਤ ਕੀਤੀ, ਇਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਅੰਦਰ ਰੱਖੀਆਂ ਅਤੇ ਜਿਹੜੀਆਂ ਫੈਕਟਰੀ ਇਹਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਆਸ਼ਵਾਸਨ ਦਿੱਤਾ, ਉਹ 'ਚ ਡਿਟੇਲ 'ਚ ਥੋੜ੍ਹਾ ਜਿਹਾ ਭਗਵਾਨ ਜੀ ਦੱਸ ਦੇਣਗੇ। ਸਾਰਿਆਂ ਨੂੰ ਜੈ ਭੀਮ, ਜੈ ਭਾਰਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਅੱਜ ਮਸਲਾ ਸਾਡੇ ਧਿਆਨ 'ਚ ਆਇਆ ਸੀ, ਮੈਨੇਜਮੈਂਟ ਨਾਲ ਬਹਿ ਕੇ ਵਰਕਰਾਂ ਦੀ ਸਹਿਮਤੀ ਦੇ ਨਾਲ ਅਸੀਂ ਮੈਨੇਜਮੈਂਟ ਨਾਲ ਗੱਲ ਕੀਤੀ ਹੈ ਅਤੇ ਜਿਹੜਾ ਇਹਨਾਂ ਤੋਂ 31 ਦਿਨ ਕੰਮ ਕਰਾਇਆ ਜਾਂਦਾ ਸੀ, ਉਹਦੇ 'ਚ ਵੀਕਲੀ ਔਫ ਇਹਨਾਂ ਨੂੰ ਦਿੱਤੀ ਜਾਏਗੀ। ਜੇ ਉਹ 31 ਦਿਨ ਔਫ ਵਾਲੇ ਦਿਨ ਕੰਮ ਕਰਾਉਂਦੇ ਆ ਤਾਂ ਐਜ਼ ਪਰ ਰੂਲ ਉਹਦਾ ਜੋ ਡਬਲ ਓਵਰਟਾਈਮ ਬਣਦਾ ਆ ਉਹ ਦਿੱਤਾ ਜਾਊਗਾ। ਪੇਡ ਹੋਲੀਡੇ ਜਿਹੜੇ ਆ ਉਹ ਇਹਨਾਂ ਨੂੰ ਡਬਲ ਦਿੱਤੇ ਜਾਣਗੇ। ਜਿਹੜੀ ਤਨਖਾਹ ਇਹਨਾਂ ਦੀ 12 ਤਰੀਕ, 15 ਤਰੀਕ, 20 ਤਰੀਕ, 26 ਤਰੀਕ ਤੱਕ ਮਿਲਦੀ ਸੀ, ਉਹ ਜਿਹੜੀ ਤਨਖਾਹ ਇਹਨਾਂ ਦੀ 7 ਤਰੀਕ ਤੱਕ ਇਹਨਾਂ ਨੂੰ ਮਿਲ ਜਾਇਆ ਕਰੂਗੀ। ਜਿਹੜੀ ਇਹਨਾਂ ਨੂੰ ਵੇਜੇ 'ਚ ਸਲਿੱਪ ਨਹੀਂ ਸੀ ਮਿਲਦੀ, ਉੱਤੇ ਪਤਾ ਨਹੀਂ ਸੀ ਲੱਗਦਾ ਕਿ ਬੰਦੇ ਨੇ, ਵਰਕਰ ਨੇ ਕਿੰਨੀਆਂ ਹਾਰੀਆਂ ਲਾਈਆਂ, ਉਹਦੀ ਕਿੰਨੀ ਕਟੌਤੀ ਹੋਈ ਆ, ਉਹਦਾ ਕਿੰਨਾ ਓਵਰਟਾਈਮ ਲੱਗਿਆ ਆ, ਉਹ ਬਿਲਕੁਲ ਨਹੀਂ ਪਤਾ ਨਹੀਂ ਲੱਗਦਾ। ਤਾਂ ਉਹ ਤੁਹਾਨੂੰ 1 ਦਿਨ ਪਹਿਲਾਂ ਤੁਹਾਨੂੰ ਵੇਜੇ 'ਚ ਸਲਿੱਪ ਸਾਰੇ ਵਰਕਰਾਂ ਨੂੰ ਮਿਲ ਜਾਇਆ ਕਰੂਗੀ। ਉਹਦੇ ਤੁਹਾਨੂੰ ਕੋਈ ਕਿੰਤੂ ਪਰੰਤੂ ਹੋਵੇ ਤਾਂ ਤੁਸੀਂ ਆਪਣੀ ਆਵਾਜ਼ ਬੁਲੰਦ ਕਰ ਸਕਦੇ ਆ। ਦੂਸਰਾ, ਇੱਥੇ ਡਿਸਪੈਂਸਰੀ ਨਹੀਂ ਸੀ, ਡਿਸਪੈਂਸਰੀ ਦੀ ਗੱਲ ਹੋ ਗਈ ਆ, ਡਿਸਪੈਂਸਰੀ ਵੀ ਇੱਥੇ ਹਫ਼ਤੇ 10 ਦਿਨ 15 ਦਿਨਾਂ ਦੇ ਵਿੱਚ ਉਹ ਸ਼ੁਰੂ ਹੋ ਜਾਏਗੀ। ਇਸ ਸਮੇਂ ਲੇਬਰ ਬੋਰਡ ਦੇ ਇੰਸਪੈਕਟਰ ਨਵਦੀਪ ਸਿੰਘ ਵੀ ਮੌਕੇ 'ਤੇ ਪੁੱਜੇ। ਅੰਤ ਵਿੱਚ ਮਜ਼ਦੂਰਾਂ ਅਤੇ ਕੰਪਨੀ ਮੈਨੇਜਮੈਂਟ ਵਿਚਕਾਰ ਬੈਠਕ ਕਰਵਾਈ ਗਈ, ਜਿਸ
ਜਿਸ ਪਿੱਛੋਂ ਮਜ਼ਦੂਰਾਂ ਨੇ ਆਪਣਾ ਧਰਨਾ ਖਤਮ ਕੀਤਾ। ਜਿਹਦੇ ਵਿੱਚ ਤੁਰੰਤ ਹੀ ਆਪਾਂ ਇੱਥੇ ਮੌਕੇ 'ਤੇ ਪੁੱਜੇ ਅਤੇ ਆਪਾਂ ਆ ਕੇ ਲੇਬਰ ਨੂੰ ਸਾਰੀ ਵੀ ਸੁਣਿਆ, ਜਿਹਨਾਂ ਨੇ ਦੱਸਿਆ ਕਿ ਉਹਨਾਂ ਦਾ ਠੇਕੇਦਾਰ ਦੇ ਨਾਲ ਕੁਛ ਜਿਹੜਾ ਓਵਰ ਟਾਈਮ ਨੂੰ ਲੈ ਕੇ ਔਰ ਉਹਨਾਂ ਨੂੰ ਛੁੱਟੀਆਂ ਦਾ ਲੈ ਕੇ ਜਿਹੜਾ ਉਹਨਾਂ ਦਾ ਥੋੜ੍ਹੀ ਹੈਗਾ ਡਿਸਪਿਊਟ ਹੈ, ਜਿਹਦੇ ਵਿੱਚ ਠੇਕੇਦਾਰ ਨੂੰ ਸੱਦਿਆ ਗਿਆ, ਉਹ ਲਾਇਸੈਂਸ ਦੀ ਮੰਗ ਕੀਤੀ, ਜਿਹਨਾਂ ਦਾ ਮੌਕੇ 'ਤੇ ਦਿਖਾ ਦਿੱਤਾ ਗਿਆ ਡਿਪਾਰਟਮੈਂਟ ਨੂੰ ਅਤੇ ਉਸ ਤੋਂ ਬਾਅਦ ਮੈਨੇਜਮੈਂਟ ਨਾਲ ਗੱਲ ਕੀਤੀ ਗਈ ਸਾਰੇ ਮਸਲਿਆਂ ਨੂੰ ਸੁਲਝਾਉਂਦੇ ਹੋਏ। ਹੁਣ ਤਾਂ ਜੋ ਵੀ ਵਰਕਰ ਦੀ ਮੰਗ ਸੀ ਉਹਨਾਂ ਸਾਰੀਆਂ ਤੋਂ ਜਿਹੜਾ ਸਮਝੌਤਾ ਜਿਹੜਾ ਬਿਠਾ ਕੇ ਦਿੱਤਾ। ਛੁੱਟੀ ਦੀ ਗੱਲ ਹੈ, ਜੋ ਪ੍ਰੋਬਲਮ ਉਹਨਾਂ ਨੇ ਦੱਸੀਆਂ ਦੱਸੀਆਂ ਨਾ ਉਹਨਾਂ ਨੇ ਪ੍ਰੋਬਲਮ ਬੰਦਿਆਂ ਨੇ ਕੀ ਸਰ ਕੀ ਪ੍ਰੋਬਲਮ ਆ ਕੱਚ ਹੈਗੀਆਂ ਨਾ ਮੈਨਸ਼ਨ, ਤੁਸੀਂ ਇਹਦੀ ਕਾਪੀ ਲੈ ਜਾਓ। ਇਹ ਜਿਹੜੀ ਪ੍ਰੋਬਲਮ ਸੀ ਉਹਨਾਂ ਦਾ ਅਸੀਂ ਸੋਲੂਸ਼ਨ ਵੀ ਦੇ ਦਿੱਤਾ ਨਾਲ, ਇਹਦੀ ਪ੍ਰੋਬਲਮ ਨਹੀਂ ਆਉਣਗੀਆਂ ਗਾ। ਹੁਸ਼ਿਆਰਪੁਰ ਤੋਂ ਸੁਖਵਿੰਦਰ ਕੁੰਨੀ ਦੀ ਰਿਪੋਰਟ। ਨਵੀਆਂ ਅਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰੋ।